ਹਾਂਜੀ ਸਰ ਸਰ ਜਿਹੜੀਆਂ ਝਾਂਕੀਆਂ ਹੈਗੀਆਂ ਪੰਜਾਬ ਸਰਕਾਰ ਵੱਲੋਂ ਅੱਜ ਨਕੋਦਰ ਦੇ ਵਿੱਚ ਭੇਜੀਆਂ ਗਈਆਂ ਕੀ ਕਹਿਣਾ ਚਾਹੋਗੇ? ਪੰਜਾਬ ਸਰਕਾਰ ਵੱਲੋਂ ਜਿਹੜੀਆਂ ਝਾਕੀਆਂ ਦਾ ਸਿਲਸਿਲਾ ਛੱਡੀਆਂ ਦੇ ਸੰਬੰਧ ਵਿੱਚ ਝਾਕੀਆਂ ਦਾ ਸਿਲਸਿਲਾ ਸੀ ਉਹ ਪੂਰੇ ਪੰਜਾਬ ਵਿੱਚ ਸ਼ੁਰੂ ਹੋਇਆ, ਜਿਹਦੇ ਤਹਿਤ ਅੱਜ ਨਕੋਦਰ ਦੇ ਵਿੱਚ ਵੀ ਇਹ ਝਾਕੀ ਦਰਸ਼ਕਾਂ ਦੇ ਰੂਬਰੂ ਕੀਤੀ ਹੈ ਪੰਜਾਬ ਸਰਕਾਰ ਨੇ, ਅਤੇ ਬਹੁਤ ਵਧੀਆ ਉਪਰਾਲਾ ਆ ਸਰਕਾਰ ਦਾ। ਸਰ ਇਹ ਜਿਹੜੀਆਂ ਝਾਕੀਆਂ ਆ ਅੱਜ ਇੱਥੋਂ ਕ੍ਰੋਸ ਹੋਣਗੀਆਂ ਨਕੋਦਰ ਤੋਂ? ਅੱਜ ਇੱਥੋਂ ਨਕੋਦਰ ਦੇ ਵਿੱਚ ਰਾਤ ਦਾ ਸਟੇ ਆ ਇੱਥੋਂ ਹੈਗਾ ਆ, ਉਸ ਤੋਂ ਬਾਅਦ ਇਹ ਕੱਲ੍ਹ ਸਵੇਰੇ ਜਲੰਧਰ ਵੱਲ ਰਵਾਨਾ ਹੋ ਜਾਏਗੀ। ਠੀਕ ਹੈ। ਹਾਂਜੀ ਪ੍ਰਦੀਪ ਜੀ, ਇੱਕ ਪੰਜਾਬ ਸਰਕਾਰ ਵੱਲੋਂ ਇੱਕ ਉਪਰਾਲਾ ਕੀਤਾ ਗਿਆ, ਪਹਿਲੀ ਵਾਰ ਜਿਹੜਾ ਹੈਗਾ ਹਰ ਸ਼ਹਿਰ ਦੇ ਵਿੱਚ ਝਾਂਕੀ ਆ ਰਹੀ ਹੈ ਜਿਹੜੀ 26 ਜਨਵਰੀ ਨੂੰ ਦਿਖਾਈ ਗਈ, ਕਿਸ ਤਰ੍ਹਾਂ ਦੇਖਦੇ ਆ?
ਬਿਲਕੁਲ ਬਹੁਤ ਵਧੀਆ ਉਪਰਾਲਾ ਇਹ ਪੰਜਾਬ ਸਰਕਾਰ ਵੱਲੋਂ, ਜਿਹੜਾ ਕਿ ਇਹ ਝਾਕੀਆਂ ਲੁਧਿਆਣੇ ਤੋਂ ਇਹ ਤੁਰੀ ਆ ਅਤੇ ਇਸ ਟਾਈਮ ਇਹ ਨਕੋਦਰ ਦੇ ਵਿੱਚ ਪਹੁੰਚ ਚੁੱਕੀ ਆ ਅਤੇ ਸਾਰੇ ਸ਼ਹਿਰ ਵਾਸੀਆਂ ਵਿੱਚ ਜਿੱਥੋਂ ਜਿੱਥੋਂ ਦੀ ਵੀ ਇਹ ਗੁਜ਼ਰ ਰਹੀ ਆ, ਬਹੁਤ ਲੋਕਾਂ ਵਿੱਚ ਉਤਸ਼ਾਹ ਵਾ, ਲੋਕਾਂ 'ਚ ਖੁਸ਼ੀ ਆ। ਸਰਕਾਰ ਦਾ ਇਹ ਜਿਹੜਾ ਫੈਸਲਾ ਬੜਾ ਸ਼ਲਾਘਾਯੋਗ ਆ, ਕਿਉਂਕਿ ਮਾਈ ਭਾਗੋ ਜੀ, ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਜੀ, ਸਾਰੇ ਸਾਡੇ ਜਿਹੜੇ ਆਈਡੀਅਲ ਨੇ, ਉਹਨਾਂ ਨੂੰ ਕਿਸੇ ਆਪਣੇ ਜਿੱਥੇ ਜਿੱਥੋਂ ਵੀ ਇਹ ਲੰਘ ਰਹੀ ਹੈ ਝਾਕੀ, ਉੱਥੋਂ ਇਹ ਬੱਚਿਆਂ ਨੂੰ, ਆਉਣ ਵਾਲੇ ਯੂਥ ਨੂੰ ਪ੍ਰੇਰਿਤ ਕਰ ਰਹੀ ਆ ਅਤੇ ਬਹੁਤ ਵਧੀਆ ਸਰਕਾਰ ਦਾ ਇਹ ਉਪਰਾਲਾ ਵਾ। ਗੜਵਾਲ ਸਾਹਿਬ, ਇੱਕ ਪੰਜਾਬ ਸਰਕਾਰ ਦਾ ਉਪਰਾਲਾ ਜਿਹੜਾ ਕਿ ਪਹਿਲਾਂ ਦਿੱਲੀ ਦੇ ਵਿੱਚ ਜਿਹੜਾ ਹੈਗਾ ਉਸੇ ਝਾਕੀਆਂ ਨੂੰ ਦਿਖਾਇਆ ਨਹੀਂ ਗਿਆ, ਅੱਜ ਪੰਜਾਬ ਦੀ ਸਰਕਾਰ ਜਿਹੜੀ ਹੈਗੀ ਆ ਪੰਜਾਬ ਦੇ ਵਿੱਚ ਲੋਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੀ, ਕਿਸ ਤਰ੍ਹਾਂ ਦੇਖਦੇ ਹਾਂ? ਦੇਖੋ, ਜਿਹੜਾ 26 ਜਨਵਰੀ ਗਣਤੰਤਰ ਦਿਵਸ ਪੂਰੀ ਦੁਨੀਆਂ ਦੇ ਵਿੱਚ ਜਿਹੜੇ ਦੇਸ਼ ਪ੍ਰੇਮੀਆਂ ਵੱਲੋਂ ਮਨਾਇਆ ਜਾ ਰਿਹਾ, ਔਰ ਜਿਹੜੀਆਂ ਝਾਕੀਆਂ ਵੀ ਆਮ ਨਹੀਂ ਹੈਗੀਆਂ, ਇਤਿਹਾਸਿਕ ਆ, ਕਿਉਂਕਿ ਜਿਨ੍ਹਾਂ ਸ਼ਹੀਦਾਂ ਨੇ, ਮਹਾਂਪੁਰਸ਼ਾਂ ਨੇ, ਸਾਡੇ ਜਿਹੜੇ ਯੋਧੇ ਸੀ ਜਿਨ੍ਹਾਂ ਨੇ ਆਪਣੇ ਤਸੀਹੇ ਚੱਲ ਕੇ ਫਾਂਸੀਆਂ 'ਤੇ ਚੜ੍ਹੇ, ਔਰ ਉਹਨਾਂ ਨੂੰ ਯਾਦ ਕਰਦਿਆਂ ਉਹਨਾਂ ਨੂੰ ਲੋਕਾਂ ਦੇ ਵਿੱਚ ਉਹਨਾਂ ਦਾ ਇਤਿਹਾਸ ਦੱਸਣ ਦੇ ਲਈ ਇਹ ਸ਼ਾਨਦਾਰ ਝਾਕੀਆਂ ਜਿਹੜੀਆਂ ਪੂਰੇ ਪੰਜਾਬ ਵਿੱਚ ਘੁੰਮਾਈਆਂ ਜਾ ਰਹੀਆਂ, ਬਹੁਤ ਵਧੀਆ ਉਪਰਾਲਾ ਆ। ਔਰ ਉਹਨਾਂ ਨੂੰ ਵੀ, ਸ਼ਹੀਦਾਂ ਨੂੰ ਜਾਂ ਸਾਡੇ ਜਿਹੜੇ ਰਹਿਬਰ ਹੋਏ ਆ ਜਿਨ੍ਹਾਂ ਨੇ ਇੰਨੇ ਤਸੀਹੇ ਚੱਲ ਕੇ ਆਜ਼ਾਦੀ ਦਵਾਈ ਆ, ਔਰ ਲੋਕਾਂ ਨੂੰ ਵੀ ਉਹਨਾਂ ਦੇ ਇਤਿਹਾਸ ਬਾਰੇ ਪਤਾ ਲੱਗੇ ਔਰ ਅੱਗੇ ਉਹਨਾਂ 'ਚ ਵੀ ਉਹ ਜਿਹੜੀ ਭਾਵਨਾ ਪੈਦਾ ਹੋਵੇ, ਮੈਂ ਸਮਝਦਾ ਪੰਜਾਬ ਸਰਕਾਰ ਦਾ ਬਹੁਤ ਹੀ ਵਧੀਆ ਇਤਿਹਾਸਿਕ ਫੈਸਲਾ। ਔਰ ਇਹ ਜਿਹੜੀਆਂ ਝਾਕੀਆਂ ਪੂਰੇ ਪੰਜਾਬ ਵਿੱਚ ਜਿੱਥੇ ਘੁੰਮ ਰਹੀਆਂ, ਅੱਜ ਨਕੋਦਰ ਵਿੱਚ ਪਹੁੰਚ ਰਹੀ ਆ, ਔਰ ਥਾਂ ਥਾਂ ਲੋਕਾਂ ਵੱਲੋਂ ਸਵਾਗਤ ਕੀਤਾ ਜਾ ਰਿਹਾ, ਔਰ ਨਗਰ ਕੌਂਸਲ ਨਕੋਦਰ ਵੱਲੋਂ ਵੀ ਔਰ ਸਮੁੱਚੇ ਸ਼ਹਿਰ ਵਾਸੀਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਸ਼ਹੀਦਾਂ ਨੂੰ ਨਮਨ ਕੀਤਾ ਜਾ ਰਿਹਾ। ਤੋ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਸਾਰਿਆਂ ਨੂੰ, ਧੰਨਵਾਦ ਜੀ। ਹਾਂਜੀ ਮਿੰਦਰੂ ਸਾਹਿਬ, ਜਿਹੜੀ ਇੱਕ ਝਾਕੀਆਂ ਜਿਹੜੀਆਂ ਹੈਗੀਆਂ ਪੰਜਾਬ ਦੇ ਵਿੱਚ ਅੱਜ ਨਕੋਦਰ ਦੇ ਵਿੱਚ ਪਹੁੰਚ ਰਹੀਆਂ ਹੈਗੀਆਂ, ਜਿਹੜੀਆਂ 26 ਜਨਵਰੀ ਨੂੰ ਦਿਖਾਈਆਂ ਗਈਆਂ ਲੁਧਿਆਣੇ ਦੇ ਵਿੱਚ, ਕਿਸ ਤਰ੍ਹਾਂ ਦੇਖਦੇ ਹਾਂ? ਦੇਖੋ, ਲੋਕਾਂ 'ਚ ਬੜਾ ਉਤਸ਼ਾਹ ਵਾ ਕਿ ਝਾਕੀਆਂ ਨੂੰ ਲੈ ਕੇ ਲੋਕ ਫੁੱਲਾਂ ਦੀ ਵਰਖਾ ਕਰ ਰਹੇ ਨੇ। ਅਤੇ ਦੇਖੋ, ਦਿੱਲੀ ਦੇ ਵਿੱਚ ਤਾਂ ਇਹ ਦਿਖਾਈਆਂ ਨਹੀਂ ਗਈਆਂ, ਪਰ ਆਪਣੇ ਮਾਨ ਸਰਕਾਰ CM ਸਾਹਿਬ ਨੇ ਬੜੀ ਵਧੀਆ ਉਪਰਾਲਾ ਕੀਤਾ, ਲੋਕਾਂ 'ਚ ਬੜੀ ਖੁਸ਼ੀ ਦੀ ਲਹਿਰ ਹੈ ਅਤੇ ਬਹੁਤ ਲੋਕ ਖੁਸ਼ ਨੇ ਕਿ ਲੋਕ ਪੰਜਾਬ 'ਚ ਜਾਗਰੂਕ ਹੋਣ ਡੇ ਨੇ ਔਰ ਸਾਰਿਆਂ ਨੂੰ ਘਰ ਘਰ ਬਾਹਰ ਨਿਕਲ ਕੇ ਫੁੱਲਾਂ ਦੀ ਵਰਖਾ ਕਰ ਰਹੇ ਨੇ। ਬਹੁਤ ਵਧੀਆ।